بسم اللہ الرحمن الرحیم السلام علیکم جی ماہ رمضان 2024 دا اخری عشرہ عابد رشید صاحب ਸਾਡੇ ਮੇਜ਼ਬਾਨ ਬਣੇ ਜੀ ਉਪਤਾਰੀ ਦੇ ਇਹਨਾਂ ਦਾ ਘਰ अलमजीद ਪੈਰਾਡਾਈਜ਼ ਗਰੀਨ ਨੰਬਰ 5 ਦੇ ਵਿੱਚ ਹੈ ਉੱਥੇ ਪਹੁੰਚੇ ਬਾਰ ਮੋਟਰਸਾਈਕਲ ਹੀ ਮੋਟਰਸਾਈਕਲ ਖੜੇ ਸਨ ਕਾਫੀ ਸਾਰੇ ਮਹਿਮਾਨ ਆਏ ਸੀ ਇਹ ਉਹਨਾਂ ਦਾ अलमजीद ਪੈਰਾਡਾਈਜ਼ ਦੀ ਗਲੀ ਨੰਬਰ 5 ਦੇ ਵਿੱਚ ਇਹ ਸਾਹਮਣੇ ਇਹ ਸਾਹਮਣੇ ਉਹਨਾਂ ਦਾ ਘਰ ਹੈ ਜੀ ਇਹ ਗੇਟ ਇਹ ਇਹ ਗੇਟ ਹੈ ਜੀ ਉਹਨਾਂ ਦਾ ਇੱਥੋਂ ਅੰਦਰ ਵੜੇ ਉਹਨਾਂ ਦੇ ਘਰ ਦੇ ਵਿੱਚ ਸਾਧ ਉਹਨਾਂ ਦਾ ਬੇਟਾ ਮਿਲਿਆ ਉਹਨੇ ਕਿਹਾ ਜੀ ਚਲੇ ਜਾਓ ਅੰਦਰ ਬੈਠਕ 'ਚ ਬੈਠੇ ਨੇ ਸਾਰੇ ਅੰਦਰ ਗਰਾਜ ਦੇ ਵਿੱਚ ਵੜੇ ਤਾਂ ਅੱਗੇ ਇੱਕ ਬਾ ਪਰਦਾ ਵੈਗਨਾਰ ਖੜੀ ਸੀ ਉਹਦੇ ਕੋਲੋਂ ਦੀ ਬੱਚ ਬੁੱਚ ਕੇ ਨੰਗੇ ਅੱਗੇ ਇਹ ਇਹ ਉਹਨਾਂ ਦਾ ਡ੍ਰੈਂਗ ਰੂਮ ਹੈ ਜੀ ਡ੍ਰੈਂਗ ਰੂਮ ਦੇ ਵਿੱਚ ਗਏ ਤਾਂ ਜਿੱਦ ਮਹਿਮਾਨ ਪਹਿਲੇ ਆਏ ਬੈਠੇ ਸਨ ਇਫਤਾਰੀ ਦਾ ਬਿਲਕੁਲ ਟਾਈਮ ਹੋਇਆ ਸੀ ਇਫਤਾਰੀ ਦੇ ਵਿੱਚ ਅੱਲਾ ਤਾਲਾ ਉਹਨਾਂ ਦੇ ਰਜ਼ਕ ਵਿੱਚ ਬਰਕਤ ਪਾਵੇ ਇੰਤਖਾਈ ਪੁਰਤਕਲਫ ਇਫਤਾਰੀ ਦਿੱਤੀ ਇਹਨਾਂ ਨੇ ਜੀ ਜਿਤਨੇ ਮਹਿਮਾਨ ਸਨ ਜੀ ਸਾਰੇ ਦੇ ਸਾਰੇ ਮਹਿਕਮਾ ਤਾਲੀਮ ਦੇ ਨਾਲ ਤੌਲਕ ਰੱਖਦੇ ਸਨ ਇੱਕ ਬੈਂਤ ਇੱਕ ਹਾਜੀ ਹਫੀਜ਼ ਸਾਹਿਬ ਹਾਜੀ ਫੀਜ਼ੁਰ रहमान ਸਾਹਿਬ ਅਸੀਂ ਦੋ ਬੰਦੇ ਰਿਟਾਇਰ ਹਾਂ ਬਾਕੀ ਹਾਜ਼ਰ ਸਰਵਿਸ ਨੇ ਸਾਰੇ ਇਹ ਸਬਜੈਕਟ ਸਪੈਸ਼ਲਿਸਟ ਨੇ ਇਹ ਸੀਨੀਅਰ ਸਬਜੈਕਟ ਸਪੈਸ਼ਲਿਸਟ ਨੇ ਸਕੂਲ ਐਜੂਕੇਸ਼ਨ ਦੇ ਨਾਲ ਤੌਲਕ ਰੱਖਣ ਵਾਲੇ ਲੋਕ ਸਾਰੇ ਸਾਰੇ ਬੜੇ ਵਕਤ ਪਹੁੰਚੇ ਬੜੀ ਖੁਸ਼ ਖੁਸ਼ਗੱਪੀਆਂ ਦੇ ਵਿੱਚ ਮਸਰੂਫ ਰਹੇ ਇਹਨਾਂ ਦੇ ਵਾਸਤੇ ਮੇਜ਼ਬਾਨ ਵਾਸਤੇ ਦੁਆ ਕੀਤੀ ਗਈ ਅੱਲਾਹ ਤਾਲਾ ਇਹਨਾਂ ਦੇ ਰਜ਼ਕ 'ਚ ਬਰਕਤ ਪਾਵੇ ਔਰ ਇਹਨਾਂ ਨੂੰ ਮਜ਼ੀਦ ਵੀ ਅਗਲੇ ਸਾਲ ਵੀ ਤੋਫੀਕ ਦੇਵੇ ਔਰ ਇਹ ਦੋਸਤਾਂ ਨਾਲ ਬੈਠਣ ਦਾ ਇੱਕ ਬਹੁਤ ਅੱਛਾ ਬਹਾਨਾ ਬਣਿਆ ਜੀ ਔਰ ਅੱਲਾਹ ਤਾਲਾ ਇਹਨਾਂ ਨੂੰ ਇਹਨਾਂ ਦੇ ਘਰ ਵਾਲਿਆਂ ਨੂੰ ਬੱਚੀਆਂ ਨੂੰ ਇਹਨਾਂ ਦੀ ਅਹਿਲਿਆ ਨੂੰ ਜਜ਼ਾਇ ਖੈਰ ਦੇ ਵੇ ਇਤਨੀ ਗਰਮੀ ਦੇ ਵਿੱਚ ਉਹਨਾਂ ਨੇ ਰੋਜ਼ ਦੀ ਇਫਤਾਰੀ ਤਿਆਰ ਕੀਤੀ ਇਤਨੀ ਮਿਹਨਤ ਦੇ ਨਾਲ ਖੁਦ ਵੀ ਉਹਨਾਂ ਦਾ ਰੋਜ਼ਾ ਹੋਏਗਾ لازمی ਗੱਲ ਹੈ ਆਫਜ਼ ਸੈਦ ਅਖਤਰ ਮਿਊ ਸਾਹਿਬ ਸਾਡੇ ਮਹਿਮਾਨੇ ਖਸੂਸੀ ਸਨ ਜੀ ਨਸੀਰ ਅਮਨ ਸ਼ਾਹਦ ਸਾਹਿਬ ਪਹਿਲੇ ਪਹਿਲੇ ਬੈਠੇ ਨੇ ਇਧਰ ਇਹ ਇਹ ਇੰਗਲਿਸ਼ ਦੇ ਸੀਨੀਅਰ ਸਬਜੈਕਟ ਸਪੈਸ਼ਲਿਸਟ ਨੇ ਛੱਤੀ ਡੀ ਐਨ ਬਿਹਾਰ ਸਕੰਡੀ ਸਕੂਲ ਦੇ ਵਿੱਚ ਇਹਨਾਂ ਦੇ ਨਾਲ ਅੱਗੇ ਖਾਲਦ ਮਹਿਮੂਦ ਸਾਹਿਬ ਬੈਠੇ ਨੇ ਜੀ ਇੱਕ ਕੈਮਿਸਟਰੀ ਦੇ ਸੀਨੀਅਰ ਸਬਜੈਕਟ ਸਪੈਸ਼ਲਿਸਟ ਨੇ ਇਹ 36 ਦੀਆਂ ਨ ਬਿਹਾਰ ਸਕੰਡੀ ਸਕੂਲ ਦੇ ਵਿੱਚ ਉਹਨਾਂ ਤੋਂ ਅੱਗੇ ਇਹ ਅਰਸ਼ਦ ਚੱਠਾ ਸਾਹਿਬ ਬੈਠੇ ਨੇ ਅਰਸ਼ਦ ਚੱਠਾ ਸਾਹਿਬ 19 ਦੇ ਵਿੱਚ ਹੈ ਨੇ ਉੱਥੇ ਪ੍ਰਿੰਸੀਪਲ ਨੇ 36 ਦੀਆਂ ਨ ਬਿਹਾਰ ਸਕੰਡੀ ਸਕੂਲ ਦੇ ਵਿੱਚ ਉਹਨਾਂ ਦੇ ਨਾਲ ਅੱਗੇ ਇਹ ਮੈਂ ਬੈਠਾਂ ਦੀ ਖੁਦ ਬਕਾਲਮ ਖੁਦ ਨਾਲ ਮੇਰੇ ਇਕਬਾਲ ਸ਼ਹੀਨ ਸਾਹਿਬ ਨੇ ਜਾਂ ਨਸੀਰ ਅਮਨ ਸ਼ਾਹਦ ਸਾਹਿਬ ਨੇ ਇਧਰਲੇ ਪਾਸੇ ਤਾਹਰ ਮਹਿਮੂਦ ਚੀਮਾ ਸਾਹਿਬ ਨੇ ਨਾਲ ਹਾਜੀ ਹਫੀਜ਼ ਸਾਹਿਬ ਨੇ ਇਹ ਨਸੀਰ ਅਮਨ ਸ਼ਾਹਦ ਸਾਹਿਬ ਨੇ ਜੀ ਤੇ ਸਪਾਸ ਸਿੱਧਾ ਦਖਾਵਤ ਦਸਾ ਇਹ ਹਾਦੀਫੀ ਸਾਹਿਬ ਨਾਲ ਤਾਹਰ ਮਹਿਮੂਦ ਜੀ ਮਾਨ ਸਾਹਿਬ ਤੇ ਆ ਦਸੀਰਾਮਦ ਸ਼ਾਹਦ ਸਾਹਿਬ ਜੀ ਫਿਰ ਐ ਖਾਲਦ ਮਹਿਮੂਦ ਸਾਹਿਬ ਜੀ ਸੀਨੀਅਰ ਸਬਜੈਕਟ ਸਪੈਸ਼ਲਿਸਟ ਕੈਮਿਸਟਰੀ ਦੇ ਇਸ ਤੋਂ ਅੱਗੇ ਜਨਾਬ ਇਹ ਅਰਸ਼ਰ ਚੱਠਾ ਸਾਹਿਬ ਨੇ ਜੀ ਅਰਸ਼ਰ ਚੱਠਾ ਸਾਹਿਬ ਐਸ ਪ੍ਰਿੰਸੀਪਲ ਨੇ ਹਰ ਸਕੂਲ ਛਤੀ ਡੀਐਨ ਇਹ ਨਜ਼ੀਰ ਅਹਿਮਦ ਸਾਹਿਬ ਜੀ ਪਹਿਲੇ ਛਤੀ ਚੋਂ ਦਸਣ ਅੱਜ ਕੱਲ ਇਹ ਇੱਥੇ ਆ ਨੇ ਲਾਲਸਵਾਰਾ ਸਬਜੈਕਟ ਸਪੈਸ਼ਲਿਸਟ ਨੇ ਕਾਮਰਸ ਦੇ ਉਸ ਤੋਂ ਬਾਅਦ ਆਬਦ ਰਸ਼ੀਦ ਸਾਹਿਬ ਖੁਦ ਸਾਣ ਦੀ ਬਾਇਓਲੋਜੀ ਦੇ ਅਸਸ ਨੇ ਸਬਜੈਕਟ ਸਪੈਸ਼ਲਿਸਟ ਨੇ ਛਤੀ ਡੀਐਨ ਵਿੱਚ ਅਤਰਮ ਮੋਜੀ ਮਾਸ ਸਾਹਿਬ ਸੀਨੀਅਰ ਸਬਜੈਕਟ ਸਪੈਸ਼ਲਿਸਟ ਨੇ ਇਹ ਮਖਦੂਮ ਆਲੀ ਦੇ ਵਿੱਚ ਫਿਜ਼ੀਕਲ ਐਜੂਕੇਸ਼ਨ ਦੇ ਤੇ ਹਾਜੀ ਹਫੀਜ਼ ਸਾਹਿਬ ਰਿਟਾਇਰਡ ਨੇ ਜੀ ਮੇਰੇ ਤਰ੍ਹਾਂ ਉਹ ਵੀ ਤੇ ਹਾਫਜ਼ ਸੈਦ ਸਾਹਿਬ ਹਾਫਜ਼ ਸੈਦ ਅਖਤਰ ਸਾਹਿਬ ਨਿਊ ਜੜੇ ਨੇ ਇਹ ਸਾਡੇ ਪਾਸ ਜੜਾ تنزیماں ਦੇ ਜਨਰਲ ਸੈਕਟਰੀ ਵੀ ਨੇ ਤੇ ਸੀਨੀਅਰ ਸਬਜੈਕਟ ਸਪੈਸ਼ਲਿਸਟ এডੂਕੇਸ਼ਨ ਨੇ 36 ਡੀਐਨ ਬਿਹਾਰ ਸਕੂਲ ਸਾਡੇ ਮੇਰੇ ਔਰ ਹਾਜੀ ਹਫੀਜ਼ ਤੋਂ ਬਾਅਦ ਰਿਟਾਇਰ ਹੋਣ ਦੀ ਇਹਨਾਂ ਦੀ ਵਾਰੀ ਹੈ ਬਾਕੀ ਸਾਰਿਆਂ ਨਾਲ ਉਹ ਸੀਨੀਅਰ ਨੇ ਤੇ ਇਨਸ਼ਾਅੱਲਾਹ ਤਾਲਾ ਰਿਟਾਇਰਡ ਲੋਕਾਂ ਦੇ ਕਲੱਬ ਦੇ ਵਿੱਚ ਬਹੁਤ ਜਲਦ ਸ਼ਾਮਲ ਹੋਣ ਵਾਲੇ ਨੇ ਆ ਬੇਟਾ ਜੀ ਸਾਦ ਇਹਨਾਂ ਦਾ ਆਬਰਸ਼ੀ ਸਾਹਿਬ ਦਾ ਬੇਟਾ ਹੈ ਅੱਲਾਹ ਤਾਲਾ ਇਹਨੂੰ ਸੇਹ ਜ਼ਿੰਦਗੀ ਲੰਬੀ ਜ਼ਿੰਦਗੀ ਦੇਵੇ ਇਮਾਨ ਦੇਵੇ ਬਹੁਤ ਆਬੇਦਾਰ ਬਹੁਤ ਫਰਮਬਰਦਾਰ ਬੱਚਾ ਬੜੇ ਨਾਸਤਾਂਸ ਦੀ ਖਿਦਮਤ ਕੀਤੀ ਹੈ ਜੀ ਠੀਕ ਹੈ ਜੀ ਹੁਣ ਫਿਰ ਅਗਲੀ ਵੀਡੀਓ ਚ ਮੁਲਾਕਾਤ ਹੋਏਗੀ ਜੀ ਉਸ ਵਕਤ ਤੱਕ ਸਾਨੂੰ ਇਜਾਜ਼ਤ ਦਿਓ ਅੱਲਾਹ ਹਾਫਿਜ਼